ਸਾਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਸ ਵੇਲੇ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਪੰਜਾਬ ਤੋਂ 2 ਮਿੰਟ ਅੱਖਾਂ ਬੰਦ ਕਰਕੇ ਬਾਬੇ ਨੇ ਬੋਲਿਆ ਅਜੀਹਾ ਮੰਤਰ ਕੇ ਬੇਬੇ ਦੇ ਉੱਡੇ ਹੋਸ਼ ਸਾਰੇ ਪਾਸੇ ਹੋ ਗਈ ਚਰਚਾ ਖਬਰ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਘਟਨਾ ਦਾ ਤੁਹਾਨੂੰ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ ਦਿਨੋਂ ਦਿਨ ਅਜੀਹਾਂ ਘਟਨਾਵਾਂ ਵਾਪਰੇਗਾ ਹਨ ਜੋ ਕਿ ਚਿੰਤਾ ਦਾ ਬੇਸ਼ਾ ਡਰ ਦਾ ਮਾਹੌਲ ਪੈਦਾ ਕਰ ਦਿੰਦੇ ਹਨ ਤੇ ਆਏ ਦਿਨ ਕੁਝ ਨਾ ਕੁਝ ਸੌਣ ਨੂੰ ਅਜੀਹਾ ਮਿਲ ਜਾਂਦਾ ਜੋ ਕਿ ਸਹਿਮ ਦਾ ਮਾਹੌਲ ਪੈਦਾ ਕਰ ਦਿੰਦਾ ਹੈ ਤੇ ਫਿਰ ਇੱਕ ਵਾਰ ਪੰਜਾਬ ਤੋਂ ਕੁਝ ਅਜੀਹਾ ਹੀ ਖਬਰਾਂ ਸਾਹਮਣੇ ਆ ਚੁੱਕੀਆਂ ਜਿਸ ਨੇ ਫਿਰ ਸੁਰੱਖਿਆ ਪ੍ਰਬੰਧ ਪੁਲਿਸ ਦਾ ਖੌਫ ਨਾ ਹੋਣਾ ਤੇ ਬਿਨਾਂ ਡਰ ਤੋਂ ਘਟਨਾ ਨੂੰ ਅੰਜਾਮ ਦੇਣ ਵਰਗੇ ਕਈ ਸਵਾਲ ਖੜੇ ਕਰ ਦਿੱਤੇ ਹਨ ਦਰਸਲ ਇੱਕ ਬੀਬੀ ਵੱਡੀ ਠੱਗੀ ਦਾ ਸ਼ਿਕਾਰ ਹੋ ਗਈ ਜਿਸ ਨੂੰ ਇੱਕ ਠੱਗ ਬਾਬੇ ਨੇ ਆਪਣਾ ਸ਼ਿਕਾਰ ਬੁਣਾਇਆ ਹੈ ਤੇ ਆਇਦਨਾ ਬਾਧਰਿਆਂ ਠੱਗੀ ਦੀਆਂ ਘਟਨਾਵਾਂ ਤੇ ਧੋਖਾਧੜੀ ਦੀਆਂ ਘਟਨਾਵਾਂ ਦੇ ਵਿੱਚ ਇੱਕ ਇੱਕ ਹੋਰ ਘਟਨਾ ਸ਼ਾਮਲ ਹੋ ਗਈ ਹੈ ਤੇ ਕੌਜਕ ਮੈਂਟਾਂ ਦੇ ਵਿੱਚ ਹੀ ਇੱਕ ਬਾਬੇ ਨੇ ਇੱਕ ਬੀਬੀ ਦੇ ਨਾਲ ਅਜਿਹੀ ਵੱਡੀ ਠੱਗੀ ਮਾਰੀ ਤੇ ਰਫੂ ਚੱਕਰ ਹੋ ਗਿਆ ਸਾਰੀ ਘਟਨਾ ਜਲੰਧਰ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਢਾਬੇ ਦੇ ਉੱਤੇ ਮੌਜੂਦ ਇੱਕ ਔਰਤ ਦੇ ਨਾਲ ਇੱਕ ਠੱਗ ਬਾਬਾ ਠੱਗੀ ਮਾਰ ਗਿਆ ਤੇ ਠੱਗੀ ਦਿਨ ਦਿਹਾੜੇ ਮਾਰੀ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇੱਕ ਚਾਰਚਾਰਾ ਬੇਸ਼ਅ ਬਣ ਚੁੱਕਿਆ ਉੱਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ ਢਾਬਾ ਮਾਲਕਾਂ ਨੂੰ ਇੱਕ ਅਣਜਾਣ ਵਿਅਕਤੀ ਮਿਲਦਾ ਹੈ ਜੋ ਕਿ ਉਸ ਤੋਂ ਉਹਦੇ ਸਾਰੇ ਸੁੱਖ-ਦੁੱਖ ਪੁੱਛ ਲੈਂਦਾ ਹੈ ਤੇ ਬਾਅਦ ਵਿੱਚ ਉਹਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਔਰਤ ਵੱਲੋਂ ਆਪਣੇ ਦੁੱਖ ਦੱਸਦੇ ਹੋਏ ਦੱਸਿਆ ਜਾਂਦਾ ਹੈ ਕਿ ਉਹਦੇ ਪਤੀ ਦਾ ਹੱਥ ਠੀਕ ਨਹੀਂ ਹੈ ਤੇ ਜਿਸ ਤੋਂ ਬਾਅਦ ਉਹ ਵਿਅਕਤੀ ਜੋ ਕਿ ਢਾਬੇ ਦੇ ਉੱਤੇ ਆਉਂਦਾ ਹੈ ਤੇ ਉਹ ਆਪਣੇ ਨਾਲ ਕੁਝ ਔਰਤਾਂ ਨੂੰ ਲੈ ਕੇ ਆਉਂਦਾ ਹੈ ਤੇ ਉਹਦੇ ਪਤੀ ਦਾ ਹੱਥ ਠੀਕ ਕਰਨਦ ਅਸ ਨੂੰ ਚਾਂਸਾ ਦਿੱਤਾ ਜਾਂਦਾ ਜਿਕਰ ਜੋਗ ਹੈ ਕਿ ਇਸ ਘਟਨਾ ਦੇ ਵਿੱਚ ਔਰਤ ਨੂੰ ਨਗਦੀ ਅਤੇ ਸੋਨਾ ਲੈ ਕੇ ਫਰਜੀ ਬਾਬਾ ਤੇ ਔਰਤਾਂ ਉਸ ਤੋਂ ਚਲੀਆਂ ਜਾਂਦੀਆਂ ਹਨ ਤੇ ਫਰਜੀ ਔਰਤ ਨੂੰ ਫਰਜੀ ਬਾਬੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਦੇ ਪਤੀ ਦਾ ਹੱਥ ਠੀਕ ਹੋ ਜਾਵੇਗਾ ਜੇਕਰ ਉਹ ਰਮਾਲ ਵਿੱਚ ਮੱਥਾ ਟੇਕ ਰਿਆ ਤੇ ਔਰਤ ਆਪਣੇ ਹਿਸਾਬ ਦੇ ਨਾਲ 10 ਰੁਪਏ ਮੱਥਾ ਟੇਕ ਰਿੰਦੀ ਤੇ ਬਾਬਾ ਕਹਿੰਦਾ ਹੈ ਕਿ ਜਿੰਨੇ ਵੀ ਉਸ ਕੋਲ ਪੈਸੇ ਹਨ ਸਾਰਿਆਂ ਦਾ ਮੱਥਾ ਟੇਕ ਦਿੱਤਾ ਜਾਵੇ ਤੇ ਨਾਲ ਹੀ ਗਹਿਣੇ ਰੱਖ ਦਿੱਤੇ ਜਾਂਦੇ ਹਨ ਤੇ 1500 ਰੁਪਏ سونے ਦੀਆਂ ਮੁੰਦਰੀਆਂ ਜੋ ਔਰਤ ਵੱਲੋਂ ਰੱਖੀਆਂ ਜਾਂਦੀਆਂ ਹਨ ਉਹ ਬਾਬਾ ਲੈ ਕੇ ਰਾਹੁ ਚੱਕਰ ਹੋ ਜਾਂਦਾ ਹੈ